ਮਾਣਾ ਢਹਿ ਪਵੇ ਜਿਹੜਾ ਢਹਿ ਪਿਆ ਫਿਰ ਕਰ ਗਿਆ ਮਾਣ ਮਾਣਾ ਪਾਵੇ ਖਸਮੈ ਸੋਈ ਭਾਵ ਸੀ ਦੁਨੀਆਂ ਨੂੰ ਭਾ ਜਾਵਾਂਗੇ ਸਾਧ ਸੰਗਤ ਦਿਖਾਵੇ ਦੇ ਕੰਮ ਕਰਕੇ ਪਰ ਖਸਮੈ ਸੋਈ ਭਾਵ ਸੀ ਖਸਮੈ ਦਾ ਭਾਣਾ ਜਿਸ ਭਾਵ ਹੈ ਭਾਣਾ ਮੰਨੈ ਮੰਨੀਏ ਮੰਨ ਲਵਾਂਗੇ ਵਧੀਆ ਨਹੀਂ ਭਾਈ ਪ੍ਰਕਾਸ਼ ਜੀ ਕਹਿੰਦੇ ਨੇ ਆਪਣਾ ਭਾਣਾ ਆਪ ਮਨਾਵੇ ਮਨਾ ਵੀ ਲੈਣਾ ਉਹਨੇ ਚਾਹੇ ਹੱਸ ਕੇ ਮੰਨ ਲੈ ਚਾਹੇ ਰੋ ਕੇ ਮੰਨ ਲੈ ਆਪਣਾ ਭਾਣਾ ਆਪ ਮਨਾਵੇ ਬਾਬਾ ਛੋਟਾ ਸਿੰਘ ਜੀ ਢਾਲੇ ਸਿੰਘ ਸੱਜਣ ਦੁਨੀਆ ਵਿੱਚ ਪ੍ਰਭ ਸੱਜਣ ਰੰਗਲੇ ਜਾਏ ਸੁੱਤੇ ਦੀ ਰਾਣ ਸੱਜਣ ਰੰਗਲੇ ਸੱਜਣ ਰੰਗਲੇ ਸੱਜਣ ਰੰਗ ਲੈ ਸੱਜਣ ਰੰਗ ਲੈ ਜਾਏ ਸੁੱਤੇ ਦੀਰਾਣ ਸੱਜਣ ਰੰਗ ਲੈ ਸੱਜਣ ਰੰਗ ਲੈ ਜਿਹੜੀ ਵਸਤੂ ਪ੍ਰਾਪਤ ਕਰਨੀ ਹੈ ਮਹਾਂਪੁਰਖਾਂ ਕੋਲੋਂ ਮਿਲਣੀ ਹੈ ਜਿਹੜੀ ਵਸਤੂ ਹੈ ਭਜੋ ਗੋਬਿੰਦ ਭੁੱਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹ ਮਹਾਂਪੁਰਖ ਦੱਸਣ ਕੇ ਵੀ ਮਨੁੱਖਾਂ ਜਨਮ ਮਿਲਿਆ ਨਿਰਭਰ ਖਾਣ ਪੀਣ ਹੰਢਾਉਣ ਵਾਸਤੇ ਨੀ ਇਹ ਕਰਤੇ ਪੁਰਖ ਨੂੰ ਪ੍ਰਾਪਤ ਕਰਨ ਵਾਸਤੇ ਮਿਲਿਆ ਪਰਮਾਤਮਾ ਵਿੱਚ ਭੇਦ ਹੋਣ ਵਾਸਤੇ ਮਿਲਿਆ ਮਹਾਂਪੁਰਖ ਆਪਣੀ ਜ਼ਿੰਦਗੀ ਸੰਸਾਰ ਦੇ ਅੱਗੇ ਪੇਸ਼ ਕਰ ਦਿੰਦੇ ਆ ਜਿਵੇਂ ਬਾਬਾ ਜੀ ਤੇ ਮੈਂ ਇੱਕ ਵਾਰੀ ਰਾਤ ਨੂੰ ਕੀਰਤਨ ਇੱਥੇ ਕਰਨ ਆਇਆ ਡੇਢ ਘੰਟਾ ਦੋ ਘੰਟੇ ਕੀਰਤਨ ਕਰਿਆ ਬਾਬਾ ਜੀ ਮੇਰੇ ਕੋਲੇ ਬੈਠੇ ਰਹੇ ਕਿੱਡੀ ਵੱਡੀ ਉਮਰ ਸੀ ਉਹਨਾਂ ਦੀ ਮੈਂ ਜਥੇ ਵਾਲੇ ਸਿੰਘਾਂ ਨੂੰ ਕਿਹਾ ਮੈਂ ਕਿਹਾ ਵੀ ਕਈ ਲੋਕ ਆਉਂਦੇ ਨੇ ਵੀ ਕੀਰਤਨ ਸੁਣ ਲਈ ਆਉਂਦੇ ਆ ਕਈ ਆਪਣੇ ਨੰਬਰ ਹੀ ਬਣਾਉਣ ਆਉਂਦੇ ਆ ਇੱਥੇ ਮਹਾਂਪੁਰਖ ਦੇਖੋ ਕਿੱਡੀ ਵੱਡੀ ਉੱਚੀ ਅਵਸਥਾ ਤੇ ਦੋ ਢਾਈ ਘੰਟੇ ਇੱਕ ਚੌਂਕੜੇ 'ਚ ਬੈਠੇ ਆਪਾਂ ਤਾਂ ਵੀਹ ਵਾਰੀ ਕਰਮਟ ਬਦਲਦੇ ਹਾਂ ਤੇ ਗੁਰਮੁਖ ਪਿਆਰਿਓ ਮਹਾਂਪੁਰਖ ਆਪਣੀ ਮਤਲਬ ਜ਼ਿੰਦਗੀ ਉਹਨਾਂ ਨੂੰ ਸਾਸ ਮੌਤ ਦਾ ਕੋਈ ਡਰ ਪੈ ਨਹੀਂ ਜਦੋਂ ਚਾਹੁਣ ਸ਼੍ਰੀ ਆ ਗਿਆ ਬਾਬਾ ਸੋਹਣ ਸਿੰਘ ਜੀ ਹੋਏ ਨੇ ਮਹਾਂਪੁਰਖ ਬੀ ਡੀ ਚੰਦ ਸੰਪਰਦਾ ਵਿੱਚੋਂ ਭਾਈ ਬੀ ਡੀ ਚੰਦ ਜਿਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੜੇ ਭਾਈ ਭਾਈ ਬਾਬਾ ਸੋਹਣ ਸਿੰਘ ਜੀ ਹੋਏ ਨੇ ਬੜੀ ਵੱਡੀ ਅਵਸਥਾ ਉਹਨਾਂ ਨੇ ਸੰਤਾਂ ਨੂੰ ਕਿਹਾ ਕਿ ਭਾਈ ਸਰੀਰ ਬਸ ਥੋੜ੍ਹੇ ਸਮੇਂ ਦਾ ਹੀ ਪਰਮੇਸ਼ਵਰ ਦੀ ਰਜ਼ਾ ਹੀ ਇਹੋ ਜਿਹੀ ਹੈ ਪਰਮੇਸ਼ਵਰ ਦਾ ਕਾਨੂੰਨ ਹੈ ਆਸੂ ਹੈ ਜੋ ਵੀ ਆਇਆ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਗੁਰਬਾਣੀ ਦੇ ਮਾਨ ਦੇ ਕੇ ਵੀ ਸਮਝਾਇਆ ਰਹਿਣਾ ਪਾਵੈ ਸੁਰਮਰ ਸੇਵਾ ਮੁਖ ਸੁਧਾਰੀ ਕਰਮ ਅੰਗਨ ਸੇਵਾ ਕਹਿਣ ਲੱਗੇ ਨਹੀਂ ਸੇਵਾਦਾਰ ਨੂੰ ਹੁੰਦਾ ਹੀ ਅਰਦਾਸ ਸੁਣ ਵੀ ਡਾਕਟਰ ਆਜਮ ਮਰਿਆ ਜਾ ਰਿਹਾ ਡਾਕਟਰ ਬੁਲਾ ਲਿਆ ਮਹਾਂਪੁਰਖ ਬੈਠੇ ਸਨ ਸੁਣੇ ਅਨੇਕ ਕਹਿਣ ਲੱਗੇ ਬਾਬਾ ਜੀ ਸਰੀਰ ਬਲਦਾ ਕਹਿਣ ਲੱਗੇ ਹਾਂ ਚੜ੍ਹਦੀ ਕਲਾ ਵੀ ਹੈ ਫਿਰ ਸੇਵਾਦਾਰ ਕਹਿੰਦੇ ਹਨ ਵੀ ਬਾਬਾ ਜੀ ਕਹਿਣਗੇ ਹਾਂ ਇਹ ਤਾਂ ਅਟਲ ਸੱਚਾਈ ਹੈ ਨਹੀਂ 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 ਤੁਹਾਡਾ ਕੁਛ ਇਲਾਜ ਕਰਦੇ ਹਾਂ ਕੀ ਜਵਾਬ ਨਹੀਂ ਕਰਦੇ ਕਹਿਣਗੇ ਤੁਹਾਡੀ ਵਾਲੀ ਹੈ ਬੈਠ ਕੇ ਨਵ ਸਾਸ ਡਾਕਟਰ ਨੇ ਪੜ੍ਹ ਲਿਆ ਕਹਿੰਦੇ ਹਨ
ਦੇਖਿਆ ਨਵਜਵੰਤ ਪ੍ਰੀਆ ਸਤਿਗੁਰ ਕਾ ਮਿਲ ਗਈ। ਉਹ ਫਿਰ ਵੀ ਵਚਨ ਕਰ ਦਿੰਦੇ, ਡਾਕਟਰ ਹੈਰਾਨ ਹੋਇਆ ਵੀ ਨਵਜਵੰਤ ਪਈ ਹੈ। ਫਿਰ ਦਿਲ ਦੇ ਉੱਤੇ ਉੱਚੀਆਂ ਜੇ ਲੱਗ ਗਿਆ, ਦੇਖਣ ਲੱਗਿਆ ਕਿ ਉਹ ਵੀ ਬੰਦ ਪਿਆ, ਉਹ ਵੀ ਇਕੜਿਆ। ਉਹ ਕਹਿਣ ਲੱਗੇ ਵੀ ਹਰਤ ਹੋ ਗਈ, ਨਵਜਵੰਤ ਪਈ ਹੈ। ਪਰ ਜਿਹੜਾ ਸਰੀਰ ਦਾ ਕਾਕਾ ਹੈ ਉਹ ਕਦੇ ਵੀ ਨਹੀਂ ਪੂਰਾ। ਦਰਿਆਵੀ ਜੀਵ ਚਲੇ ਜਾਂਦੇ ਨੇ, ਘੱਟ ਹੈ ਤੇ ਉਹਨਾਂ ਦੇ ਵੀ ਨਹੀਂ ਪੂਰੇ ਹੁੰਦੇ ਕੋਈ ਰਿਸ਼ਤਾ ਹੁੰਦਾ। ਪਰ ਦਰਿਆਵੀ ਜੀਵਾਂ ਦਾ ਦਾਇਰਾ ਜਿਹੜਾ ਹੈ ਉਹ ਸੀਮਤ ਹੁੰਦਾ ਹੈ, ਪਰਿਵਾਰ ਤੱਕ ਹੋਵੇਗਾ, ਸਾਗ ਸੰਬੰਧੀਆਂ ਤੱਕ ਹੋਵੇਗਾ। ਰੱਬ ਦੇ ਪਿਆਰਿਆਂ ਦਾ ਜਿਹੜਾ ਦਾਇਰਾ ਹੈ ਉਹ ਸੀਮਤ ਹੁੰਦਾ, ਉਹਦੀ ਕੋਈ ਸੀਮਾ ਨਹੀਂ ਕਿ ਕਿੰਨੀ ਸੰਗਤ ਪਿਆਰ ਕਰਦੀ ਸੀ ਜਾਂ ਉਹਨਾਂ ਨੇ ਕਿੰਨਿਆਂ ਕੁ ਗੁਰੂ ਗ੍ਰੰਥ ਸਾਹਿਬ ਨਾਲ ਨਾਮ ਬੰਨਣ ਜੋੜਿਆ ਹੋਇਆ। ਘਾਟਾ ਹੁੰਦਾ ਨਹੀਂ ਕਦੇ ਪੂਰਾ, ਘਾਟਾ ਹੁੰਦਾ ਨਹੀਂ ਕਦੇ ਪੂਰਾ, ਰੱਬ ਦੇ ਪਿਆਰਿਆਂ ਦਾ ਘਾਟਾ ਹੁੰਦਾ ਨਹੀਂ ਕਦੇ ਪੂਰਾ, ਰੱਬ ਦੇ ਜ਼ਿੰਦਗੀ ਦੇ ਸੁੱਖ ਮਾਣਾ। ਜਿੱਥੇ ਅੱਜ ਅਸੀਂ ਆਏ ਹਾਂ ਨਾ ਸੰਗਤ ਜੀ, ਆ ਜੋ ਆ ਦੇਸ਼ ਆ ਸਾਡਾ ਦੇਸ਼ ਨਹੀਂ, ਇੱਥੇ ਅਸੀਂ ਪ੍ਰਦੇਸ਼ ਆਏ ਹੋਏ ਹਾਂ ਕੀ ਕਰਨ ਵਾਸਤੇ। ਗੁਰੂ ਸਾਹਿਬ ਕਹਿੰਦੇ ਆ ਨਾ ਭਾਗ ਵਿਛੜੇ ਹਰ ਉਹ ਵੱਡੇ ਭਾਗਾਂ ਵੱਲ, ਭਾਗ ਵਿਛੜੇ ਹਰ ਸੰਤ ਤੁਮਾਰੇ ਦਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸੇਹੀ ਦੇ ਆਏ ਸਫਲ ਚੰਨਾ ਕੇ ਕਾਮਾ। ਸੰਗਤ ਜੀ ਪਰ ਅੱਜ ਪਤਾ ਉਹਨਾਂ ਨੂੰ ਹਰ ਕੇ ਸੇਵਕ ਜੋ ਹਰ ਪਾਹੇ ਦਿਲ ਕੀ ਕਥਾ ਨਿਰਾਰੀ ਰੇ ਕਿਉਂਕਿ ਜਦੋਂ ਗੁਰੂ ਦਾ ਸਿੱਖ ਚੌਂਕੜਾ ਮਾਰ ਕੇ ਬਹਿੰਦਾ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਦਾ ਹੈ, ਫਿਰ ਬਖਸ਼ਿਸ਼ਾਂ ਲੈਂਦਾ। ਜਿੰਨਾ ਸਾਸ ਗਿਆਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੀ ਸੇਈ ਨਾਨਕਾ ਪੂਰਨ ਸੋਈ ਸੰਤ। ਬਾਬਾ ਨਿੱਕਾ ਸਿੰਘ ਜੀ ਬਾਬਾ ਛੋਟਾ ਸਿੰਘ ਜੀ ਉਹਨਾਂ ਦੀ ਮਿੱਠੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਵੇਂ ਹੁਣ ਸੰਗਤਾਂ ਬੈਠੀਆਂ ਇਸੇ ਤਰ੍ਹਾਂ ਬੈਠੀਆਂ ਸਨ ਤੇ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਸਨ। ਸਤਿਗੁਰ ਦੀ ਆਰ ਦੀ ਮੌਜ ਵਿੱਚ ਆਈ, ਕਹਿਣ ਲੱਗੇ ਭਾਈ ਜਿਹਨੂੰ ਵੀ ਕਿਸੇ ਚੀਜ਼ ਦੀ ਲੋੜ ਹੈ ਕੋਈ ਮੰਗ ਲੈ ਤੇ ਉਸੇ ਨੂੰ ਕੋਈ ਨਸੀਬ ਹੋ ਜਾਵੇ। ਬੜੇ ਲੋਕਾਂ ਨੇ ਧਨ ਪਦਾਰਥ
पुत्र धियां मंगिया सारे की झोली बेच धन गुरु नानक सच्चे पातशाह ने फिर वो दाता अंत
ਸਰੀਰ ਦਾ ਆਸ ਸਰੀਰ ਦਾ ਰੱਬ ਦੇ ਪਸੀਨਾ
कदे व्याह शादी होएगी तो मिल लांगे भाव मेका झुक जांदा है बस यही है साडे तुर के जगत तो मापे जेडे लाड लड़ाउंदे सी जिन्हां नाल बड़ा प्यार कुछ संक्षेप जीवन साडे भाई साहब की सोई साहब जी बैठे ने उन्हां दा जीवन भी तुसीं देखे है हरप्रीत सिंह जी बहुत ही दर्शन मेरे बाबा जी दो दर्शन
दियो दर्शन मेरे बाबा जी दियो दर्शन, दियो दर्शन मेरे बाबा जी दियो दर्शन। जाता हराम खोर हो प्यामो देसा दुष्ट चोर गुड़हा गालू हरामी पाहर नाम ना पार ग्रामी जेता समुंद सागर नी भरिया तेते अवगुण हमारे दया करो कुछ मेहरो पावो डुबदे पत्थर तारे कर पाओ मंगते खाली ना जान आप दे दर दी सिफत बख्शो सौ अलामे दिने कह राती मिल हंस सिफत सलाम छड़ के करंगी लगा हंस आप दे दर दी सिफत साडे मूहां विच पाओ असी दिन रात गुण गाइए वाह 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 हे निरंकार ना विसरो ना विसारो ना भुल्यो ना भुलायो पियो मेरे गोविंद राय दुध पियो मेरे गोविंद राय पियो मेरे गोविंद राय दुध पियो मेरे गोविंद राय दूध कटोरे गड़पे पानी कमल गाए नामे दोहया नी दूध पियो गोविंद परम पूजनी परम सत्कार योग संत बाबा छोटा सिंह जी उन्होंने श्रद्धा के फुल भेंट करने वास्ते गुरुद्वार अंदर पहुंचे जितने गुरमुख माई भाई बच्चियां वीर बजुर्ग बच्चे तुसी इस वेले तक दरबार में पहुंचे तुहाडे सदके जाइए सात सिंह जी परम पूजनी श्री सूर बाबा मीन सिंह जी महाराज छाड़ वाले का एक बचन संगत नूं संसार नूं समत के भाई कोई समागम होया सर्व संगत अरदास करती है फिर सतगुरु सच्चे पातशाह पावन हुक्म बख्शते हैं